ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਖਵੀਰ ਸਿੰਘ ਤੇ ਤੁਸੀਂ ਦੇਖ ਰਹੇ ਹੋ 3D ਪੰਜਾਬੀ ਇੱਥੇ ਆਪਾਂ ਗੱਲਾਂ ਕਰਦੇ ਹਾਂ ਇਮਾਰਤਾਂ ਦੇ ਬਾਰੇ ਤੇ ਉਹਨਾਂ ਦੇ ਬਾਰੇ ਲੈਨੇ ਆ ਕੁਝ ਤਕਨੀਕੀ ਜਾਣਕਾਰੀ ਲਓ ਜੀ ਫਿਰ ਨਵੀਂ ਇਨਫੋਰਮੇਸ਼ਨ ਜਾਣਨ ਦੇ ਲਈ ਵੀਡੀਓ ਨੂੰ ਅੱਗੇ ਦੇਖੋ ਅੱਜ ਅਸੀਂ ਬਾਇਲਡ ਦੇ ਸੈਕਸ਼ਨ 5.22 ਬਾਰੇ ਗੱਲ ਕਰਾਂਗੇ 5.22 ਦੇ ਵਿੱਚ ਇਹਨਾਂ ਨੇ ਜੁਆਇੰਟ ਓਪਨ 에ਅਰ ਸਪੇਸਸ ਦੀ ਗੱਲ ਕੀਤੀ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਇਹ ਦੱਸਿਆ ਵੀ ਕਿਸੇ ਵੀ ਬਿਲਡਿੰਗ ਦੇ ਆਲੇ-ਦਾਲੇ ਜਿਹੜੀ ਅਸੀਂ ਇੰਟੀਰੀਅਰ ਜਾਂ ਐਕਸਟੀਰੀਅਰ ਓਪਨ ਸਪੇਸ ਛੱਡੀ ਆ ਵੈਂਟੀਲੇਸ਼ਨ ਵਗੈਰਾ ਦੇ ਵਾਸਤੇ ਉਹ ਜਿਹੜੀ ਸਪੇਸ ਆ ਉਹ ਓਨਰ ਦੀ ਜਗ੍ਹਾ ਦੇ ਵਿੱਚੋਂ ਹੋਣੀ ਚਾਹੀਦੀ ਆ ਐ ਨਹੀਂ ਹੈਗਾ ਵੀ ਅਸੀਂ ਮੌਜ ਨਾਲ ਕਿਸੇ ਸਟਰੀਟ ਜਾਂ ਕਿਸੇ ਪਬਲਿਕ ਏਰੀਆ ਦੇ ਵਿੱਚ ਆਪਣੀਆਂ ਟਾਕੀਆਂ ਕੱਢ ਲਈਏ ਤੇ ਉੱਥੇ ਵਾਲੀ ਜਗ੍ਹਾ ਨੂੰ ਅਸੀਂ ਇਹ ਮੰਨ ਲਈਏ ਵੀ ਇਹ ਜੀ ਹੁਣ ਸਾਡੀ ਬਿਲਡਿੰਗ ਨੂੰ ਵੈਂਟੀਲੇਸ਼ਨ ਵਾਸਤੇ ਸਰਵ ਕਰੂਗੀ ਉਸ ਤੋਂ ਬਾਅਦ ਇਹਨਾਂ ਨੇ ਇਹ ਦੱਸਿਆ ਵੀ ਜੇਕਰ ਕਿਸੇ ਜਗ੍ਹਾ ਦੇ ਵਿੱਚ ਦੋ ਬਿਲਡਿੰਗਾਂ ਬਣੀਆਂ ਹੋਈਆਂ ਨੇ ਤੇ ਉਹਨਾਂ ਦੀ ਵੈਂਟੀਲੇਸ਼ਨ ਵਾਸਤੇ ਜਾਂ ਟਾਕੀਆਂ ਵਾਸਤੇ ਇੱਕ ਕਾਮਨ ਸਪੇਸ ਦਿੱਤੀ ਹੋਈ ਆ ਤਾਂ ਜਿਹੜੀ ਕਾਮਨ ਸਪੇਸ ਆ ਉਹ ਕਿੰਨੀ ਹੋਣੀ ਚਾਹੀਦੀ ਆ ਉਹਦੇ ਵਾਸਤੇ ਇਹਨਾਂ ਨੇ ਟੇਬਲ 5.4 ਦਿੱਤਾ ਹੋਇਆ ਤੇ ਇਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਵੀ ਕਿੰਨੀ ਹਾਈਟ ਦੇ ਲਈ ਸਾਨੂੰ ਕਿੰਨੀ ਜਗ੍ਹਾ ਛੱਡਣੀ ਪਊਗੀ ਥੱਲੇ ਨੋਟ ਦੇ ਕੇ ਇਹਨਾਂ ਨੇ ਇਹ ਲਿਖਿਆ ਹੋਇਆ ਵੀ ਜੇ ਮੰਨ ਲਓ ਇਸ ਓਪਨ ਫੇਸ ਦੇ ਵਿੱਚ ਕੋਈ ਵੀ ਹੈਬਿਟੇਬਲ ਰੂਮ ਦੀ ਤਾਕੀ ਨਾਲ ਵੀ ਖੁੱਲਦੀ ਹੋਵੇ ਤਾਂ ਵੀ 27 ਮੀਟਰ ਉੱਚੀਆਂ ਬਿਲਡਿੰਗਾਂ ਦੇ ਲਈ ਸਾਨੂੰ ਘੱਟੋ-ਘੱਟ 9 ਮੀਟਰ ਜਗ੍ਹਾ ਤਾਂ ਛੱਡਣੀ ਪਊਗੀ ਤੇ ਇਹ ਜਿਹੜੀ ਅਸੀਂ ਜਗ੍ਹਾ ਛੱਡਣੀ ਆ ਇਹ 45 ਟਨ ਦਾ ਭਾਰਨ ਸਹਿ ਸਕਦੀ ਹੋਵੇ ਇੰਨਾ ਹਾਰਡ ਪਰਪਸ ਹੋਵੇਗਾ 5.23 ਦੇ ਵਿੱਚ ਇਹਨਾਂ ਨੇ ਪ੍ਰੋਵੀਜ਼ਨ ਆਫ ਪੋਡੀਅਮ ਫਾਰ ਪਾਰਕਿੰਗ ਐਂਡ ਲੈਂਡਸਕੇਪਿੰਗ ਲਿਖਿਆ ਹੋਇਆ। ਇਹਦੇ ਵਿੱਚ ਇਹਨਾਂ ਨੇ ਲਿਖਿਆ ਵੀ ਇਹ ਜਿਹੜੀ ਜਗ੍ਹਾ ਤੇ ਜਿੱਥੇ ਸਟਿਲਟ ਫਲੋਰ ਦਿੱਤਾ ਹੋਵੇ ਪਾਰਕਿੰਗ ਵਾਸਤੇ ਤੇ ਜਿੱਥੇ ਜਿਹੜੀ ਬੇਸਮੈਂਟ ਆ ਉਹਨੂੰ ਪਾਰਕਿੰਗ ਦੇ ਵਾਸਤੇ ਨਾ ਵਰਤਿਆ ਜਾ ਸਕੇ। ਉੱਥੇ ਅਸੀਂ ਪਲਾਟ ਲਾਈਨ ਤੋਂ 3 ਮੀਟਰ ਦਾ ਸੈਟਬੈਕ ਛੱਡ ਕੇ ਇੱਕ ਪੋਡੀਅਮ ਬਣਾ ਸਕਦੇ ਹਾਂ ਜਿਹਦੇ ਟੈਰਸ ਨੂੰ ਅਸੀਂ ਲੈਂਡਸਕੇਪਿੰਗ ਤੇ ਪਲਾਂਟੇਸ਼ਨ ਵਾਸਤੇ ਵਰਤ ਸਕਦੇ ਹਾਂ। ਇਹਦੀ ਜਿਹੜੀ ਮੈਕਸਿਮਮ ਹਾਈਟ ਪਰਮਿਟਿਡ ਆ ਉਹ 15 ਮੀਟਰ ਆ ਤੇ ਜੇਕਰ ਸਟਿਲਟ ਫਲੋਰ ਦਿੱਤੇ ਹੋਏ ਹੋਣ ਤਾਂ ਇਹ ਅੱਗੇ 5.24 ਦੇ ਵਿੱਚ ਇਹਨਾਂ ਨੇ ਐਗਜ਼ੈਂਪਸ਼ਨਸ ਟੂ ਓਪਨ ਸਪੇਸਸ ਕਵਰਡ ਏਰੀਆ ਦਿੱਤੇ ਹੋਏ ਨੇ ਇਹਦਾ ਮਤਲਬ ਇਹ ਹੈ ਵੀ ਓਪਨ ਸਪੇਸਸ ਦੇ ਵਿੱਚ ਇਹਨਾਂ ਨੇ ਸਾਨੂੰ ਕੀ ਰਇਤਾਂ ਦਿੱਤੀਆਂ ਨੇ ਇਹਦੇ A ਪੁਆਇੰਟ ਦੇ ਵਿੱਚ ਇਹਨਾਂ ਨੇ ਲਿਖਿਆ ਵੀ ਕਿਸੇ ਵੀ ਇੰਟੀਰੀਅਰ ਜਾਂ ਐਕਸਟੀਰੀਅਰ ਓਪਨ ਸਪੇਸ ਦੇ ਵਿੱਚ ਅਸੀਂ ਕੋਈ ਵੀ ਪ੍ਰੋਜੈਕਸ਼ਨ ਨਹੀਂ ਘਟ ਸਕਦੇ ਜਿਹੜੀ ਕਿ ਇਹਦੀ ਚੌੜਾਈ ਨੂੰ ਲਾਈਨ ਦੀ ਚੌੜਾਈ ਤੋਂ ਘਟਾ ਦੇਵੇ ਅਸੀਂ ਇਹਦੇ ਵਿੱਚ ਫਿਰਫ 0.75 ਮੀਟਰ ਚੌੜਾ ਕਾਰਨਸ ਛੱਜਾ ਜਾਂ ਫਿਰ ਵੈਦਰ ਸ਼ੀਡ ਪ੍ਰੋਵਾਈਡ ਕਰ ਸਕਦੇ ਹਾਂ ਤੇ ਇਹ ਜਿਹੜਾ ਛੱਜਾ ਵੈਦਰ ਸ਼ੇਡ ਜਾਂ ਫਿਰ ਕੋਰਨੀਸਾ ਇਹਦੀ ਜਿਹੜੀ ਫਲੋਰ ਦੇ ਨਾਲ ਉਹ ਉਚਾਈ ਆ ਉਹ 2.2 ਮੀਟਰ ਤੋਂ ਜ਼ਿਆਦਾ ਹੋਣੀ ਚਾਹੀਦੀ ਆ ਤਾਂ ਕਿ ਇਹ ਲੋਕਾਂ ਦੇ ਸਿਰਾਂ 'ਚ ਨਾ ਵੱਜਦਾ ਰਹੇ 20 ਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਇੱਕ 4.5 ਮੀਟਰ ਲੰਬੀ ਤੇ 2.4 ਮੀਟਰ ਚੌੜੀ ਕਨੋਪੀ ਬਣਾ ਸਕਦੇ ਆ ਜਿਹਦੀ ਘੱਟੋ-ਘੱਟ ਹਾਈਟ 2.2 ਮੀਟਰ ਉੱਚੀ ਹੋਵੇ ਸਿੰਗਲ ਸਟੋਰੀ ਰੈ residențial ਬਿਲਡਿੰਗ ਵਾਸਤੇ ਇੱਕ ਕਨੋਪੀ ਬਣਾ ਸਕਦੇ ਆ ਤੇ ਜੇ ਸਿੰਗਲ ਸਟੋਰੀ ਤੋਂ ਵੱਧ ਹੋਵੇ ਤਾਂ ਦੋ ਕਨੋਪੀਆਂ ਬਣਾ ਸਕਦੇ ਆ ਐਵਿਡੈਂਸ਼ੀਅਲ ਬਿਲਡਿੰਗਸ ਤੋਂ ਇਲਾਵਾ ਬਾਕੀ ਬਿਲਡਿੰਗਾਂ ਦੇ ਲਈ ਕਨੋਪੀ ਬਣਾ ਸਕਦੇ ਆ ਜਾਂ ਨਹੀਂ ਇਹ ਜਿਹੜੀ ਉੱਥੇ ਦੀ ਮਿਊਨਿਸਪਲ ਕਾਰਪੋਰੇਸ਼ਨ ਆ ਉਹ ਤੈਅ ਕਰੂਗੀ ਸੀ ਦੇ ਵਿੱਚ ਇਹਨਾਂ ਨੇ ਲਿਖਿਆ ਆ ਵੀ ਓਪਨ ਸਪੇਸ ਦੇ ਵਿੱਚ ਅਸੀਂ ਬਾਲਕੋਨੀ ਵੀ ਕੱਢ ਸਕਦੇ ਆ ਪਰ ਇਹ ਜਿਹੜੀ ਬਾਲਕੋਨੀ ਆ ਇਹ ਓਪਨ ਸਪੇਸ ਦਾ ਜਿਹੜਾ ਏਰੀਆ ਉਹਨੂੰ 30% ਤੋਂ ਜ਼ਿਆਦਾ ਨਾ ਘਟਾ ਦੇਵੇ ਤੇ ਜਿਹੜੀ ਇਹ ਬਾਲਕੋਨੀ ਆ ਇਹਦੀ ਵੱਧ ਤੋਂ ਵੱਧ ਜਿਹੜੀ ਚੜਾਈ ਆ ਉਹ 1.2 ਮੀਟਰ ਹੋ ਸਕਦੀ ਆ D ਦੇ ਵਿੱਚ ਇਹਨਾਂ ਨੇ ਲਿਖਿਆ ਵੀ ਅਸੀਂ 0.75 ਮੀਟਰ ਚੌੜੇ ਕੱਪਬੋਰਡ ਵੀ ਪ੍ਰੋਜੈਕਟ ਕਰ ਸਕਦੇ ਹਾਂ ਓਪਨ ਫੇਸਸ ਦੇ ਵਿੱਚ ਬਸ ਇੱਕ ਤਾਂ ਇਹ ਗਰਾਊਂਡ ਫਲੋਰ ਤੇ ਨਾ ਹੋਣ ਤੇ ਦੂਜਾ ਇਹ 2 ਮੀਟਰ ਤੋਂ ਜ਼ਿਆਦਾ ਲੰਬੇ ਨਾ ਹੋਣ ਰੈਵਿਡੈਂਸ਼ੀਅਲ ਬਿਲਡਿੰਗ ਦੇ ਵਿੱਚ ਅਸੀਂ 3.5 ਸਕੁਅਰ ਮੀਟਰ ਏਰੀਏ ਦਾ ਪ੍ਰਗੋਲਾ ਬਣਾ ਸਕਦੇ ਹਾਂ ਜਿਸ ਦੀ ਘੱਟੋ ਘੱਟ ਹਾਈਟ 2.2 ਮੀਟਰ ਹੋਵੇ ਤੇ ਜਿਹੜਾ ਇਹਦਾ 40% ਹਿੱਸਾ ਆ ਉਹ ਖੁੱਲਾ ਹੋਵੇ 5.24.1 ਚੋਂ ਸਾਨੂੰ ਇਹ ਪਤਾ ਲੱਗਦਾ ਵੀ ਅਸੀਂ ਜਿਹੜੀਆਂ ਸਾਡੀਆਂ ਓਪਨ ਸਪੇਸਸ ਨੇ ਜਾਂ ਫਿਰ ਫਿੱਟਬੈਕ ਨੇ ਉਹਨਾਂ ਦੇ ਵਿੱਚ ਕਾਰਨਸ ਛੱਜਾ ਵੈਦਰ ਸ਼ੇਡ ਕਨੋਪੀ ਬਾਲਕੋਨੀ ਕੱਪ ਬੋੜਾਂ ਦੀਆਂ ਪ੍ਰੋਜੈਕਸ਼ਨਾਂ ਤੇ ਪ੍ਰਗੋਲਾ ਵਗੈਰਾ ਬਣਾ ਸਕਦੇ ਹਾਂ ਇਹਨਾਂ ਚੀਜ਼ਾਂ ਦੀ ਸਾਨੂੰ ਰੈਟ ਮਿਲੀ ਹੋਈ ਆ ਤੇ ਜਿਹੜੀਆਂ ਇਹ ਉੱਪਰ ਵਾਲੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਗੱਲ ਕੀਤੀ ਗਈ ਆ ਇਹਨਾਂ ਨੂੰ ਐਫਏਆਰ ਕਵਰਡ ਏਰੀਆ ਦੇ ਵਿੱਚੋਂ ਵੀ ਰੈਟ ਮਿਲੀ ਹੋਈ ਆ ਜਿਹੜੀ 2020 ਵਾਲੀ ਅਪਡੇਟ ਆ ਉਦੇ ਵਿੱਚ 5.24.1 ਦਾ ਜਿਹੜਾ ਸੀ ਪੁਆਇੰਟ ਆ ਉਹਦੇ ਵਿੱਚ ਇਹਨਾਂ ਨੇ ਹੋਰ ਪੁਆਇੰਟ ਐਡ ਕੀਤਾ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਜਿਹੜੀ ਗਰੁੱਪ ਹਾਊਸਿੰਗ ਆ ਉਹਦੇ ਵਿੱਚ 6 ਫੁੱਟ ਡੂੰਘੀਆਂ ਜਿਹੜੀਆਂ ਬਾਲਕੋਨੀਆਂ ਨੇ ਉਹ ਪਰਮਿਟਡ ਨੇ ਤੇ 6 ਫੁੱਟ ਡੂੰਘੀਆਂ ਜਿਹੜੀਆਂ ਬਾਲਕੋਨੀਆਂ ਨੇ ਉਹਨਾਂ ਨੂੰ ਐਫਏਆਰ ਦੇ ਵਿੱਚ ਨਹੀਂ ਲਿਆ ਜਾਊਗਾ ਤੇ ਜੇ ਜਿਹੜੀਆਂ ਬਾਲਕੋਨੀਆਂ ਨੇ ਉਹਨਾਂ ਦੀ ਡੂੰਘਾਈ 6 ਫੁੱਟ ਤੋਂ ਵੱਧ ਜਾਂਦੀ ਆ ਤਾਂ ਜਿੰਨੀ ਢਾਈ 6 ਫੁੱਟ ਤੋਂ ਵੱਧੂ ਫਿਰ ਵੀ 19 ਨੂੰ ਉਹੀ ਐਫ ਆਰ ਦੇ ਵਿੱਚ ਲਿਆ ਜਾਊ। 5.24.1 ਦੇ ਵਿੱਚ ਅਗੇ ਇਹਨਾਂ ਨੇ ਇਹ ਕਿਹਾ ਹੋਇਆ ਬੀ ਜਿਹੜੀਆਂ ਥੱਲੇ ਵਾਲੀਆਂ ਤਿੰਨ ਚੀਜ਼ਾਂ ਨੇ ਇਹਨਾਂ ਨੂੰ ਵੀ ਐਫ ਆਰ ਦੇ ਵਿੱਚ ਇਨਕਲੂਡ ਨਹੀਂ ਕੀਤਾ ਜਾਊਗਾ। ਟਾਪ ਫਲੋਰ ਦੇ ਉੱਤੇ ਲਿਫਟ ਦੇ ਵਾਸਤੇ ਜਿਹੜਾ ਮਸ਼ੀਨ ਰੂਮ ਦਿੱਤਾ ਗਿਆ ਉਹਨੂੰ ਐਫ ਆਰ ਦੇ ਵਿੱਚ ਨਹੀਂ ਕਾਊਂਟ ਕੀਤਾ ਜਾਊਗਾ। ਜਿਹੜੀ ਲਿਫਟ ਦੀ ਸ਼ਾਫਟ ਆ ਉਹਨੂੰ ਸਿਰਫ ਇੱਕ ਫਲੋਰ ਦੇ ਕਵਰਡ ਏਰੀਆ ਦੇ ਵਿੱਚ ਕਾਊਂਟ ਕੀਤਾ ਜਾਊਗਾ। ਰੌਕਰੀ, ਵੈਲ, ਵੈਲ ਸਟਰਕਚਰ ਲਾਰਟ ਨਫਰੀ, ਵਾਟਰਪੂਲ, ਸਵਿਮਿੰਗ ਪੂਲ, ਪਲੇਟਫਾਰਮ ਅਰਾਊਂਡ ਅ ਟਰੀ, ਟੈਂਕ, ਫਾਊਂਟੇਨ, ਬੈਂਚ, ਚਬੂਤਰਾ, ਰੈਂਪ, ਕੰਬਾਊਂਡ ਵਾਲ, ਗੇਟ, ਫਲਾਈਡਿੰਗ ਡੋਰ, ਸਟੈਪ, ਓਵਰਹੈਡ ਵਾਟਰ ਟੈਂਕ, ਓਪਨ ਸ਼ਾਫਟਸ ਨੇ ਜਿਹੜੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਫਏਆਰ ਦੇ ਵਿੱਚ ਕਾਊਂਟ ਨਹੀਂ ਕੀਤਾ ਜਾਊਗਾ। ਟੌਪ ਫਲੋਰ ਦੇ ਉੱਤੇ ਸਟੇਅਰ ਕੇਸ ਦੇ ਉੱਪਰ ਜਿਹੜੀ ਮੰਮਟੀ ਬਣੀ ਹੁੰਦੀ ਆ ਉਹਨੂੰ ਵੀ ਐਫਏਆਰ ਦੇ ਵਿੱਚ ਕਾਊਂਟ ਨਹੀਂ ਕੀਤਾ ਜਾਊਗਾ। ਅੱਗੇ 5.24 ਪੁਆਇੰਟ 2 ਦੇ ਵਿੱਚ ਇਹਨਾਂ ਨੇ ਹਾਈਟ ਲਿਮਿਟਸ ਬਾਰੇ ਕੁਝ ਹੋਰ ਗੱਲ ਕੀਤੀ ਹੋਈ ਆ। ਇਹਦੇ ਪਹਿਲੇ ਪੁਆਇੰਟ ਦੇ ਵਿੱਚ ਇਹਨਾਂ ਨੇ ਇਹ ਲਿਖਿਆ ਵੀ ਬਿਲਡਿੰਗ ਦੇ ਸਾਹਮਣੇ ਵਾਲਾ ਰੋਡ ਪਲੱਸ ਜਿਹੜੀ ਅਸੀਂ ਫਰੰਟ ਦੇ ਉੱਪਰ ਓਪਨ ਸਪੇਸ ਛੱਡੀ ਆ ਉਹਨੂੰ ਜੋੜ ਕੇ ਜੇ ਅਸੀਂ 1.5 ਦਾ ਗੁਣਾ ਕਰ ਦਈਏ ਤਾਂ ਸਾਡੀ ਬਿਲਡਿੰਗ ਦੀ ਉਚਾਈ ਉਸ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇ ਕੋਈ ਬਿਲਡਿੰਗ ਦੋ ਸਟਰੀਟਸ ਦੇ ਨਾਲ ਲੱਗਦੀ ਆ ਤਾਂ ਉਹਦੀ ਹਾਈਟ ਨੂੰ ਰੈਗੂਲੇਟ ਕਰਨ ਵਾਸਤੇ ਜਿਹੜੀ ਦੋਨਾਂ ਦੇ ਵਿੱਚੋਂ ਚੌੜੀ ਸਟਰੀਟ ਹੋਊ ਉਹਨੂੰ ਮੰਨਿਆ ਜਾਊਗਾ। ਪਰ ਜਿਹੜੀ ਹਾਈਟ ਆ ਉਹ ਕਿਸੇ ਵੀ ਤਰੀਕੇ ਨਾਲ ਮਾਸਟਰ ਪਲਾਨ ਦੇ ਬਿਲਡਿੰਗਾਂ 에어로ਡ੍ਰੋਮ ਦੇ ਵਿੱਚ ਆਉਂਦੀਆਂ ਨੇ ਉਹਨਾਂ ਬਿਲਡਿੰਗਾਂ ਦੀ ਹਾਈਟ AAI ਦੁਆਰਾ ਦਿੱਤੇ ਗਏ CCZDM ਦੇ ਅਕੋਰਡਿੰਗ ਹੋਣਗੀਆਂ ਜਿਹੜੀ ਮਿਨਿਸਪਲ ਕਾਰਪੋਰੇਸ਼ਨ ਆ ਉਹ ਬਿਲਡਿੰਗ ਪਲਾਨ ਨੂੰ CCZM ਦੇ ਅਕੋਰਡਿੰਗ ਪ੍ਰੋਸੈਸ ਕਰੂਗੀ ਜਿਹੜਾ ਇਹ ਵਾਲਾ ਪੈਰਾ ਆ ਉਹਨਾਂ ਏਰੀਆਜ਼ ਦੇ ਵਾਸਤੇ ਆ ਜਿੱਥੇ 에어ਪੋਰਟ ਨੇੜੇ ਹੁੰਦੇ ਨੇ ਇਹ AAI ਦਾ ਮਤਲਬ ਆ Airway Authority of India ਅੱਗੇ ਇਹਨਾਂ ਨੇ ਇਹ ਵੀ ਲਿਖਿਆ ਵੀ ਕੋਈ ਵੀ ਫਲਟਰ ਹਾਊਸ ਬੁੱਚੜ ਹਾਊਸ ਜਾਂ ਫਿਰ گارਬੇਜ ਡੈਂਪ 에어로ਡ੍ਰੇਮ ਏਰੀਆ ਆ ਜਿਹੜਾ ਉਹਦੇ 10 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਨਹੀਂ ਹੋਣਾ ਚਾਹੀਦਾ ਅੱਗੇ 5.24.3 ਦੇ ਵਿੱਚ ਹਾਈਟ ਐਗਜ਼ੈਂਪਸ਼ਨਸ ਬਾਰੇ ਗੱਲ ਕੀਤੀ ਗਈ ਆ ਵੀ ਸਾਨੂੰ ਕੀ ਰਾਇਤਾਂ ਮਿਲਦੀਆਂ ਨੇ ਡਿਫੈਂਸ ਅਤੇ AAI ਜੇ ਫਾਨੂੰ ਮਨਾ ਨਾ ਕਰੇ ਤਾਂ ਜਿਹੜੀਆਂ ਥੱਲੇ ਲਿਖੀਆਂ ਹੋਈਆਂ ਚੀਜ਼ਾਂ ਨੇ ਇਹਨਾਂ ਨੂੰ ਹਾਈਟ ਦੇ ਵਿੱਚ ਨਹੀਂ ਕੈਲਕੂਲੇਟ ਕੀਤਾ ਜਾਊਗਾ ਰੂਫ ਟੈਂਕ ਤੇਰੀਆਂ ਸਪੋਰਟਾਂ ਜਿਹੜੀਆਂ 1 ਮੀਟਰ ਤੋਂ ਉੱਚੀਆਂ ਨਾ ਹੋਣ ਵੈਂਟੀਲੇਟਿੰਗ 에어 ਕੰਡੀਸ਼ਨਿੰਗ ਤੇ ਲਿਫਟ ਰੂਮ ਅਤੇ ਇਹਨਾਂ ਦੇ ਸਰਵਿਸ ਇਕੁਪਮੈਂਟ ਸਟੇਅਰ ਕਵਰਡ ਵਿਦ ਮੌਂਟੀ ਜਿਹਦੀ ਉਚਾਈ 3 ਮੀਟਰ ਤੋਂ ਵੱਧ ਨਾ ਹੋਵੇ ਚਿਮਨੀਆਂ ਅਤੇ ਪੈਰਾਪੇਟ ਅਤੇ ਆਰਕੀਟੈਕਚਰਲ ਫੀਚਰ ਜਿਨ੍ਹਾਂ ਦੀ ਉਚਾਈ 1.5 ਮੀਟਰ ਤੋਂ ਵੱਧ ਨਾ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਨਾ ਚਿਰ ਹਾਈਟ ਦੇ ਵਿੱਚ ਨਹੀਂ ਮਣਿਆ ਜਾਊਗਾ ਜਿੰਨਾ ਚਿਰ ਇਹਨਾਂ ਦਾ ਏਰੀਆ ਬਿਲਡਿੰਗ ਦੇ ਰੂਫ ਏਰੀਏ ਦੇ 1/3 ਤੋਂ ਵੱਧ ਨਹੀਂ ਜਾਂਦਾ। ਲੋਬੀ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਫਿਰ ਕਰ ਦਿਓ ਇਹਨੂੰ ਲਾਈਕ ਨਾਲੇ ਸ਼ੇਅਰ ਕਰ ਲਓ ਆਪਣੇ ਦੋਸਤਾਂ ਮਿੱਤਰਾਂ ਨਾਲ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਇਮਾਰਤਾਂ ਦੇ ਨਾਲ ਸੰਬੰਧਿਤ ਕੋਈ ਤਕਨੀਕੀ ਗੱਲਾਂ ਕਰ ਸਕੀਏ ਪੰਜਾਬੀ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜੈ ਹਿੰਦ